ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਵਲੌਗ ਆ ਜਿਹੜਾ ਅੱਜ ਵਾਲਾ ਕਾਫੀ ਮਤਲਬ ਫੈਮਿਲੀ ਦੇ ਉੱਪਰ ਹੁਣ ਕੁਛ ਮੈਂ ਬਣਾਇਆ ਹੀ ਨਹੀਂ ਸੀਗਾ ਕਿਉਂਕਿ ਆਹ ਦਿਨਾਂ ਦੇ ਵਿੱਚ ਮੈਂ ਕਾਫੀ ਬਿਜ਼ੀ ਸੀ। ਤੇ ਅੱਜ ਇੱਕ ਮਤਲਬ ਗੁੱਡ ਨਿਊਜ਼ ਲਾ ਲਓ ਮੇਰੇ ਲਈ ਆ ਕਿ ਕਾਰ ਬਾਏ ਕੀਤੀ ਆ, ਮੈਂ ਰੈਂਗਲਰ ਲਈ ਆ। ਸੋ ਉਹਦੀ ਖੁਸ਼ੀ 'ਚ ਹੀ ਮਤਲਬ ਉਹਦੀ ਖੁਸ਼ੀ 'ਚ ਲਾ ਲਓ ਤਾਂ ਜਿੱਦਾਂ ਮਰਜ਼ੀ ਲਾ ਲਓ। ਅਤੇ ਪਤਾ ਨਹੀਂ ਐਂਬਰ ਨੇ ਕੁਛ ਸਰਚ ਕੀਤਾ, ਕਹਿੰਦੀ ਉੱਥੇ ਜਾਣਾ, ਮੈਨੂੰ ਪਤਾ ਨਹੀਂ ਕੀ ਆ। ਐਂਬਰ ਕੀ ਕਿੱਥੇ ਜਾਣਾ ਦੱਸੋ, ਕਿੱਥੇ ਜਾਣਾ ਆਪਾਂ? ਵਾਲਮਾਰ ਰੈਂਗਲਰ ਦੀ ਖੁਸ਼ੀ 'ਚ ਅਸੀਂ ਵਾਲਮਾਰ ਜਾ ਰਹੇ ਹਾਂ। ਓ ਮਾਈ ਗੋਡ, ਦੱਸੋ ਕਿੱਥੇ ਜਾ ਰਹੇ ਹਾਂ? ਪੰਪਕਿਨ ਫਾਰਮ। ਉੱਥੇ ਕੀ ਆ, ਉੱਥੇ ਕੀ ਆ ਦੇਖਣ ਨੂੰ? ਪਤਾ ਨਹੀਂ ਐਂਬਰ ਨੇ ਸਰਚ ਕੀਤਾ, ਪਤਾ ਨਹੀਂ ਭਾਬੀ ਨੇ ਕੀਤਾ, ਮੈਨੂੰ ਨਹੀਂ ਪਤਾ। ਅੱਛਾ, ਨੇ ਟੀਵੀ 'ਤੇ ਦੇਖਿਆ ਪੰਪਕਿਨ ਫਾਰਮ ਦੇਖਿਆ। ਬੋਲੋ ਪਿੱਛੇ ਪਿੱਛੇ, ਕੱਦੂ ਵਾਲਾ ਖੇਤ। ਐਂਬਰ ਨੇ, ਐਂਬਰ ਦਾ ਟੀਥ ਟੁੱਟ ਗਿਆ, ਬ੍ਰੋਕਨ ਹੋ ਗਿਆ। ਕਿੱਦਾਂ ਹੋ ਗਿਆ? ਪੰਗੇ ਲੈਂਦੇ ਸੀ, ਕੀ ਕਰਦੇ ਸੀ? ਕੱਪ ਨਾ ਡਿੱਗ ਗਏ ਸੀ। ਇਟਸ ਓਕੇ ਬੇਬੀ, ਕੋਈ ਨਾ। ਡਾਕਟਰ ਨੂੰ ਦਿਖਾਇਆ ਸੀ ਅਸੀਂ, ਉਹ ਕਹਿੰਦੇ ਨਹੀਂ ਕਿ ਲੱਗਣਾ ਨਹੀਂ ਆ, ਅਤੇ ਕਹਿੰਦੇ ਬੱਚਾ ਜ਼ਿਆਦਾ ਛੋਟਾ ਵਾ। ਅਤੇ ਚਲੋ ਕੋਈ ਗੱਲ ਨਹੀਂ, ਥੋੜ੍ਹੇ ਜਿਹੇ ਹੁਣ ਟਾਈਮ ਨੂੰ ਆ ਜਾਏਗਾ ਅਤੇ ਸਾਨੂੰ ਹੁਣ ਇਹਨੂੰ ਦੇਖਣ ਦੀ ਆਦਤ ਜੀ ਪੈ ਗਈ ਆ, ਅਤੇ ਪਹਿਲਾਂ ਪਹਿਲਾਂ ਅਜੀਬ ਲੱਗਿਆ ਸੀ। ਹਾਂਜੀ, ਅੱਛਾ ਐਂਬਰ ਨੇ ਹਾਊਸ ਬਣਾਇਆ, ਓਕੇ। ਫਿਰ ਐਂ ਤਾਂ ਦੱਸੋ ਪੰਪਕਿਨ ਫਾਰਮ ਦੇ ਵਿੱਚ ਕੀ ਕਰਨਾ? ਉੱਥੇ ਜਾ ਕੇ ਪਲੇ ਕਰਨਾ? ਕਿਹਦੇ ਨਾਲ, ਕਿਹਦੇ ਨਾਲ ਪਲੇ ਕਰੋਗੇ? ਪੰਪਕਿਨ ਨਾਲ, ਓਕੇ। ਅੱਛਾ, ਆਪਾਂ ਨਵੀਂ ਕਾਰ ਲੈ ਕੇ ਆਏ, ਤੁਹਾਨੂੰ ਕਿੱਦਾਂ ਲੱਗੀ? ਬਿਊਟੀਫੁੱਲ ਆ ਜਾਂ ਨਹੀਂ ਦੱਸੋ? ਜਿਹੜੀ ਨਿਊ ਕਾਰ ਲੈ ਕੇ ਆਏ ਆ, ਬਿਊਟੀਫੁੱਲ ਲੱਗੀ? ਓਕੇ, ਐਂਬਰ ਨੂੰ ਬਹੁਤ ਪਸੰਦ ਆਈ। ਅਤੇ ਵੀਡੀਓ ਨਹੀਂ ਬਣਾਈ ਗਈ ਕਿਉਂਕਿ ਬਸ ਕੁਛ ਇੱਦਾਂ ਦਾ ਹੀ ਸਿਸਟਮ ਜਿਹਾ, ਇੱਥੇ ਮਾਹੌਲ ਜਿਹਾ ਕਿ ਉੱਥੋਂ ਅਸੀਂ ਜਦੋਂ ਕਾਰ ਚੱਕੀ ਹੈ ਤਾਂ ਵੀਡੀਓ ਨਹੀਂ ਬਣਾਈ। ਅਤੇ ਅੱਜ ਅਸੀਂ ਹੁਣ ਪਹਿਲਾਂ ਪੰਪਕਿਨ ਫਾਰਮ ਚੱਲੇ ਹਾਂ, ਉੱਥੇ ਦੇਖਦੇ ਹਾਂ ਕੀ ਆ। ਪਤਾ ਨਹੀਂ ਐਂਬਰ ਨੇ ਹੀ ਸਰਚ ਕੀਤਾ, ਅਤੇ ਪਤਾ ਨਹੀਂ ਉੱਥੇ ਕੁਛ ਹੋਊਗਾ ਵੀ ਜਾਂ ਨਹੀਂ ਹੋਊਗਾ, ਮੈਨੂੰ ਨਹੀਂ ਪਤਾ। ਹਾਂ, ਅੱਛਾ ਕੱਲ੍ਹ ਹੈਲੋਵੀਨ ਆ, ਕੱਲ੍ਹ ਹੈਲੋਵੀਨ ਆ, ਕੀ ਕਰਨਾ ਫਿਰ ਤੁਸੀਂ ਹੈਲੋਵੀਨ 'ਤੇ? ਉਹ ਇਹਨੇ ਆਲਰੇਡੀ ਬਾਏ ਕਰ ਲਈ ਆ, ਸੋਰੀ ਬਾਹ, ਹਾਂ ਬਕਟ। ਕੀ ਇਹਦੇ ਵਿੱਚ ਕੀ ਪਵਾਉਂਗੇ? ਕੈਂਡੀਜ਼। ਹੋਰ, ਰੇਨਬੋ ਕਲਰ ਕੈਂਡੀਜ਼ ਲਓ, ਤੁਹਾਨੂੰ ਉਹਦੇ ਵੀ ਦਿਖਾ ਦਈਏ। ਉਹਦੇ ਹੁਣ ਹੋ ਗਿਆ ਭਾਈ ਵੱਡਾ, ਤਾਂ ਬੰਦਾ ਬਹੁਤ ਖਰਾਬ ਹੋ ਗਿਆ ਹੁਣ। ਹਾਂਜੀ, ਉਹਦੇ ਵੀ ਇਹਨੇ ਵੀ ਜਾਣਾ, ਸ਼ਰਟਾਂ ਸ਼ੂਟਾਂ ਕਾਸਤੀਆਂ ਇਹਦੇ। ਪਹਿਲਾਂ ਇਹ ਦਾਦੀ ਪੋਤਾ ਕਹਿੰਦੇ ਅਸੀਂ ਘਰੇ ਰਵਾਂਗੇ, ਫਿਰ ਤਾਂ ਹੀ ਤੁਸੀਂ ਇਹਨੂੰ ਰੈਡੀ ਕੀਤਾ। ਚਲੋ ਹਨਾ, ਵੀ ਉਹਦੇ ਕਿ ਮੇਰੀ ਵੀ ਆਰਡਰ ਕਰਾ ਦੋ ਥੋੜੀ ਜੀ, ਫਿਰ ਤਾਂ ਠੰਡ ਹੋ ਜਾਣੀ ਆ। ਹਾਂਜੀ, ਸਨੋਅ ਪੈ ਜਾਣੀ ਆ, ਕਿ ਹਾਂਜੀ ਇਹਨੇ ਬਾਹਰ ਕੱਢਣਾ ਹਨਾ ਉਹਦੇ ਵੀਰ। ਹੰਗਾਰੇ ਭਰਦਾ ਹੁਣ, ਥੋੜਾ ਜਿਹਾ ਵੱਡਾ ਹੋ ਗਿਆ। ਤੁਸੀਂ ਵੱਡੇ ਹੋ ਗਏ ਉਹਦੇ ਵੀਰ। ਹਾਂਜੀ, ਟੀਟੀ ਬਾਬੂ ਬਣ ਗਿਆ ਇਹ। ਕਰ ਜੋ ਦੂਜੀ ਸਮਾਈਲੀ, ਕਰ ਦੋ ਕਰ ਦੋ, ਦੇਖ ਲਓ। ਕਹਿੰਦਾ ਹੂਆ ਪੂਆ, ਕਹਿੰਦਾ ਉਹ ਪੂਆ। ਆਹੋ, ਗੇਰ ਦੀ ਕੀ ਨਹੀਂ ਸਵੇਰ ਦੀ। ਅੱਛਾ, ਮੈਂ ਬਟਨ ਲਾਉਣ 'ਚ ਬਿਜ਼ੀ ਹੋ ਗਈ ਸੀ। ਉਹ ਠੀਕ ਆ, ਹਾਂ ਕੱਪੜੇ ਨਹੀਂ ਅਸੀਂ ਪਵਾਉਣੇ। ਹਾਂ ਚੱਲ ਆ ਜਾਓ, ਆ ਜਾਓ ਫਿਰ, ਚੱਲੀਏ ਫਿਰ। ਚਲੋ ਠੀਕ ਆ, ਕਿੱਦਾਂ ਲੱਗੀ ਮੀ ਗੱਡੀ? ਕੱਲ ਅਸੀਂ ਗਏ ਸੀਗੇ, ਸਭ ਤੋਂ ਪਹਿਲਾਂ ਗੱਡੀ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ, ਤੇ ਪਰ ਮੈਂ ਵੀਡੀਓ ਸ਼ੂਟ ਨਹੀਂ ਕਰ ਹੋ ਪਾਈ ਕਿਉਂਕਿ ਇੱਦਾਂ ਹੀ ਕੁਛ ਲੇਟ ਜੇ ਬਾਹਲਾ ਜ਼ਿਆਦਾ ਹੋ ਗਿਆ ਸੀਗਾ ਕੰਮ। ਤੇ ਬਸ ਮਿਹਰਬਾਨੀ ਆ ਘਰਦਿਆਂ ਦੀ ਕਿ ਗੱਡੀ ਆਪਾਂ ਫਾਈਨਲੀ ਹੁਣ ਲੈ ਲਈ ਆ, ਤੇ ਗੱਡੀ ਸੋਹਣੀ ਆ, ਤੁਹਾਨੂੰ ਵੀ ਦਿਖਾਉਣੇ ਆ ਜਾਓ। ਕੀ ਆ ਗਿਆ? ਚਲੋ ਦੇਖੋ ਦੇਖੋ ਦੇਖੋ, ਉਹ ਦੇ ਤੇਲ ਲੈ ਲਓ ਦਾਦੀ ਮੰਮਾ ਤੋਂ, ਜਾਓ ਦਾਦੀ ਮੰਮਾ ਕੋਲੇ।
ਹੈ ਬਰਿੰਦਰ ਹੋ ਜਾ ਸਾਈਡ ਤੇ ਰਹਿ ਪੁੱਤ ਓਏ लो जी आप लिया ब्लैक कलर की काफी कुछ चेंज होने वाला जिदा कि लाइट पवाने वाले टायर चेंज कराने वाले सो इदा लाइटा लुटा तो ठीक लगियां मैनू बस टायर लाए तो बाकी इनसाइड तो थोड़ा जा मतलब कराने वाला क्योंकि हम माड़े मोटे तो पैसे लगन गए तो बाकी देखो थोनू कि लगता एक मैं सोचा सी ग्रैल चेंज करा दा यदि एक बंपर चेंज कराने का मन से बाकी देखते हैं की करा क्योंकि डे बाय डे मैं थोड़ा थोड़ा यदा काम कराऊँ क्योंकि एकदम मेरे ते भी इदा बर्डन पै जाना वा सो आ लो फाइनली मैं थोनू सारी गड्डी दिखा दिती आ हामी किदा लग रहा औखा ही लग रहा चढ़ना थोड़ा जहा है सही फिर बड़ी उच्ची है थोड़ी जी उच्ची है कार उहदे करके औखा लग रहा चढ़ना ते ओदा पर ठीक आ स्नो दे विच जिद्दां हुण इत्थे विंटर दे विच मतलब जिद्दां माहौल जिहा हुंदा उस हिसाब दे नाल ठीक आ भी क्योंकि अपने कोले सिविक आ पहला ते अपनी एक दो वारी इदा विंटर दे विच थोड़ी प्रॉब्लम आई आ सिविक नूं एम्बर की करी जांदी आ एम्बर उहदे वीर नूं चप्पर लग गया उहदे वीर रोंदा वा ते ओह कहिंदा छेती जाणा भाई छेती चलो बच्चियां नूं इत्थे सब तो पहला उहनां दीआं सीटां चकणियां पैंदियां क्योंकि सीटां तों बिना तां तुसीं उहनां नूं लिजा ही नहीं सकदे सो चाहे बच्चा एक दिन का होवे चाहे बच्चा पांच साल का होवे सो सीटां तों बिना नहीं लिजा सकदे हुण सानूं सीटां मूव करनियां पैंदियां सिविक च कदे इच अज मम्मी ब्लॉग बना मम्मी नूं लाया ब्लॉग बनाउण देखते हैं मम्मी की शूट करते ने हुण मेरे कोले ऑप्शन नहीं सीगा गड्डी बहुत शानदार है सीधी गल पिकअप बहुत ज्यादा वा हजे तक ठीक लगी है गां चलो मैं पता नहीं है पिकअप वधिया वा गड्डी दी ओदा भी जिवें 6 सिलेंडर ही आ ते किते नहीं जाण वाली छेती वधिया इंजन भी वड्डा वा वधिया लगी अगे अगे पता नहीं गा फलाट ठीक लगे रोड दी दिखाओ मम्मी रोड दी मम्मी ने सिख लिया ऑलमोस्ट मम्मी नूं भी बहुत क्रेज सीगा गड्डी दा जदों पापा सीगे उदों पापा ने ट्राई कीती सीगी मम्मी नूं सिखाउण लई मम्मी ने सिख भी लई सी बहुत जल्दी पर बस कुछ इदा दंडीशन जी ना उदो हो गई भी गड्डी गुड़ी बच्चे ही रह गए तो मेरा मन आ भी मम्मी नू गड्डी चलाने का मौका जरूर दिता जाए सो ये पहला मम्मी नू लाइसेंस लैना पैना लाइसेंस तो मम्मी ने लै ही लैना है मैनू पता पहला मम्मी नू लाइसेंस दवावे आप फिर मम्मी नू गड्डी चलाने का मौका भी जरूर देवे हाँ सौखी आ थोड़ी भी बारी आनी है चला ਮੇਰੇ ਭਾਪੀ ਨੂੰ ਕਿਹਾ ਮੈਂ ਕਿਹਾ ਚਲਾ ਲਓ ਭਾਪੀ ਕਹਿੰਦੇ ਮੈਂ ਚਲਾਊ ਚਲਾਊ ਮੈਨੂੰ ਤਾਂ ਮੇਰੀ ਮੋਟਾ ਠੀਕ ਆ ਨਹੀਂ ਨਹੀਂ ਤੁਹਾਨੂੰ ਤੇ ਇਹ ਵੀ ਥੋੜੀ ਆ ਚਲਾਉਣੀ ਪੈਣੀ ਆ ਕਦੇ ਪਤਾ ਨਹੀਂ ਕਿਹੜੀ ਚਲਾਉਣੀ ਪੈ ਕਦੇ ਕਦੇ ਕਿਹੜੀ ਫਿਰ ਤਾਂ ਕਰਕੇ ਹੁਣ ਚਲਾਉਣੀ ਤਾਂ ਪੈਣੀ ਆ ਤੁਹਾਨੂੰ ਬਸ ਆਲਮੋਸਟ ਨੇੜੇ ਹੀ ਆ ਆਪਾਂ ਜਿੱਥੇ ਜਾਣਾ ਸੀਗਾ ਬਾਹਲੀ ਦੂਰ ਤਾਂ ਨਹੀਂ ਸੀ 20 ਮਿੰਟਾਂ ਦੀ ਡਰਾਈਵ ਹੀ ਰਹਿ ਗਈ ਖੇਤ ਦੇਖੋ ਵੀ ਇੱਥੇ ਵੀ ਨਾ ਉਹ ਦੂਸਰਾ ਇੰਡੀਆ ਗੋਣ ਵਿਹਲੇ ਹੀ ਹੋ ਗਏ ਵੱਢ ਵੁੱਢ ਲਿਆ ਇਹਨਾਂ ਨੇ ਹਾਂ ਆਲਮੋਸਟ ਮੈਨੂੰ ਲੱਗਦਾ ਜਿੱਥੇ ਆਪਾਂ ਚੱਲਿਆ ਸੈਲ ਕਰੀਕ ਦੇ ਨੇੜੇ ਜਿਹੇ ਪੈ ਜਾਂਦਾ ਨਾ
ਦੇਖੋ ਜੀ ਫਾਈਨਲੀ ਪਹੁੰਚ ਗਏ ਆ ਤੇ ਕੱਠ ਲੋੜਿਆਂ ਦਾ ਇਹਨਾਂ ਤਾਂ ਇੰਡੀਆ ਚ ਮੇਲੇ ਤੇ ਮਿੱਟੀ ਕੱਢਣ ਲੱਗੇ ਨਹੀਂ ਸੀ ਹੁੰਦਾ ਜਿੰਨਾ ਇੱਥੇ ਆ ਮੰਮੀ ਕਹਿੰਦੇ ਮੈਂ ਰਿਕਾਰਡ ਨਹੀਂ ਹੋਈ ਗੱਲ ਮੰਮੀ ਕਹਿੰਦੇ ਕੱਦੂਆਂ ਨੂੰ ਲੋੜਿਆਂ ਦਾ ਕੱਠ ਉਹਦਾ ਇਹਨੇ ਵੀ ਅਲਾਰਮ ਵਜਾਤਾ ਉਹਦੇ ਨੇ ਕਾਫੀ ਜਿਆਦਾ ਕੱਠ ਆ ਯਾਰ ਲੋਕ ਕੱਦੂ ਭਰ ਭਰ ਟਰਾਲੀਆਂ ਚ ਲਈ ਜਾਂਦੇ ਨੇ ਪੰਪਕਿਨ ਫਾਈਨਲੀ ਆਪਾਂ ਵੀ ਫਿਰ ਪਹੁੰਚ ਗਏ ਆ ਦਾ ਦੇਖ ਲੈ ਇਹ ਓਮੇ ਵਾਲੇ ਨਹੀਂ ਹੁੰਦੇ ਇਹ ਥੋੜੇ ਪੇਠਾ ਜਿਹਾ ਟਾਈਪ ਹੁੰਦੇ ਆ ਓਕੇ ਮੈਨੂੰ ਲੱਗਦਾ ਬਣਾਇਆ ਤਾਂ ਵਧੀਆ ਖੈਰ ਬਾਕੀ ਪਤਾ ਨਹੀਂ ਵੀ ਅੰਦਰ ਕੁਛ ਹੋਊਗੇ ਵੀ ਗੱਲ ਵਾ ਕਿ ਨਹੀਂ ਉਹ ਸਾਹਮਣੇ ਰੋਡ ਖਰਾਬ ਆ ਨਾ ਖਤਮ ਹੀ ਆ ਉਹਦੇ ਵੀ ਰਹਿ ਮੌਕੇ ਤੇ ਉੱਠਿਆ ਜਵਾ ਡਿਸੀਜ਼ਨ ਅਸੀਂ ਚੇਂਜ ਕਰ ਲਿਆ ਉਹਦੇ ਵੀਰ ਨੂੰ ਗੱਡੀ 'ਚ ਬਿਠਾਤਾ ਕਿਉਂਕਿ ਆਊਟਸਾਈਡ 'ਤੇ ਕਾਫੀ ਜ਼ਿਆਦਾ ਠੰਡ ਆ ਅਤੇ ਐਂਬਰ ਦੇ ਵੀ ਹੁਣ ਕੱਪੜੇ ਚੇਂਜ ਕਰ ਰਹੇ ਹਾਂ ਭਾਬੀ ਦੀ ਅੱਜ ਬਹੁਤ ਟੌਰ ਆ ਭਾਬੀ ਨੇ ਭਾਬੀ ਟੌਰ ਕੱਢਦੇ ਆ ਚਿਰਾ ਪਿੱਛੋਂ ਹੀ ਕੱਢਦੇ ਹੁੰਦੇ ਕਦੇ ਕਦੇ ਭਾਬੀ ਲੱਗਦਾ ਹੀ ਨਹੀਂ ਗਾ ਕੀ ਆ ਤੁਸੀਂ ਦੋ ਜਵਾਕਾਂ ਦੇ ਮੰਮੀ ਹੋ ਜੇ ਨਾ ਜੇ ਮੇਰੀ ਉਂਗਲ ਫੜੀ ਹੋਵੇ ਲੋਕਾਂ ਨੇ ਕਹਿਣਾ ਅੱਧੇ ਲੋਕ ਕਹਿੰਦੇ ਆ ਵੀ ਇਹ ਪਤਾ ਨਹੀਂ ਤੇਰੇ ਜਵਾਕ ਨੇ ਔਰ ਉਹੀ ਜਾਂਦਾ ਮੰਮਾ ਚਲੋ ਬਣੀ ਉਹ ਕਮ ਹੇਅਰ ਕੁਇਕਲੀ ਐਡਮਿਸ਼ਨ ਦੇਣੀ ਪੈਣੀ ਆ ਐਡਮਿਸ਼ਨ ਕਰਾਉਣਾ ਆ ਇੱਥੇ ਐਂਬਰ ਦੀ ਹਾਂ ਕਰਾ ਦਈਏ ਨਹੀਂ ਕਰਾਈਏ ਸਕੂਲ ਨਹੀਂ ਜਾਣਾ ਸਕੂਲ ਜਾਣਾ ਨਹੀਂ ਜਾਣਾ ਓਕੇ ਦੇਖੋ ਕੀ ਆ ਇਹ ਕੀ ਬਣਿਆ ਹੋਇਆ ਦੱਸੋ ਦੇਖੋ ਟੱਚ ਕਰਕੇ ਕਲਰ ਜੇ ਕੀਤਾ ਨਾ ਪਰਾਲੀ ਆ ਨਾ ਇੰਡੀਆ 'ਚ ਪਰਾਲੀ ਨੂੰ ਵੀ ਕੋਈ ਪੁੱਛਦਾ ਨਹੀਂ ਆਪਣੇ ਦੇਖ ਲਓ ਇੱਥੇ ਪਰਾਲੀ ਦੇ ਰੰਗ ਤਮਾਸ਼ੇ ਲਾਇਆ ਪਿਆ ਚਲੋ ਕਾਹ ਵੀ ਦੇਖੋ ਵਧੀਆ ਬਣਾਇਆ ਕਾਫੀ ਵੈਸੇ ਬਸ ਖੁੱਲ੍ਹੇ ਖੇਤ ਜੇ ਬਣਾਇਆ ਕੋਈ ਇੱਡੀ ਗੱਲਬਾਤ ਲੱਗੀ ਨਹੀਂ ਪਰਾਲੀਆਂ ਪਰੂਲੀਆਂ ਜਿਹੀਆਂ ਨੇ ਉਹਨਾਂ ਨੂੰ ਡੈਕੋਰੇਟ ਕੀਤਾ ਵੀ ਮਤਲਬ ਗੱਲਬਾਤ ਹੈ ਇੱਦਾਂ ਤਾਂ ਉਹਨਾਂ ਨੇ ਵਧੀਆ ਬਣਾਇਆ ਵੀ ਆਪਦਿਆਂ ਨੇ ਨਾ ਸਾਰਾ ਕੁਛ ਅਤੇ ਫੋਟੋ ਸ਼ੂਟ ਵੀ ਤੁਸੀਂ ਕਰਾ ਸਕਦੇ ਹੋ ਇੱਥੇ ਉੱਦਾਂ ਵੀ ਜਿੱਦਾਂ ਬੱਚਿਆਂ ਨੂੰ ਥੋੜ੍ਹਾ ਆਊਟਿੰਗ ਹੋ ਜਾਂਦੀ ਆ ਨਾ ਬੱਚਿਆਂ ਦੀ ਉਸ ਚੀਜ਼ ਲਈ ਵੀ ਠੀਕ ਆ ਆਹ ਜਿੱਦਾਂ ਆਪਣੇ ਟਾਇਰ ਹੁੰਦੇ ਨੇ ਪੁਰਾਣੇ ਉਹਨਾਂ ਦੇ ਵਿੱਚ ਬਜਰੀ ਜੀ ਭਰ ਕੇ ਇੱਦਾਂ ਰੱਖਿਆ ਹੋਇਆ ਅਤੇ ਆਹ ਵੀ ਇੱਦਾਂ ਪਰਾਲੀ ਮੂੰਹ ਜਿਹਾ ਬਣਾਇਆ ਤਾਂ ਲੋਕੇਸ਼ਨ ਸੋਹਣੀ ਆ ਫੋਟੋ ਸ਼ੂਟ ਲਈ ਵੀ ਆ ਸਕਦੇ ਹੋ ਜਿਹਨੂੰ ਫੋਟੋ ਸ਼ੂਟ ਦਾ ਕਰੇਜ਼ ਹੈਗਾ ਆਹ ਵੀ ਪੁਰਾਲੀ ਦਾ ਤਾਂ ਰਸਤਾ ਜਿਹਾ ਬਣਾਇਆ ਇਹ ਮਤਲਬ ਉੱਪਰੋਂ ਦੇਖੇ ਤਾਂ ਜ਼ਿਆਦਾ ਪਤਾ ਲੱਗਦਾ ਕਿਉਂਕਿ ਆਪਣੇ ਕੋਲ ਡਰੋਨ ਵੀ ਨਹੀਂ ਆ ਫਿਰ ਉੱਪਰੋਂ ਮੈਂ ਸ਼ੂਟ ਨਹੀਂ ਕਰ ਸਕਦਾ ਐਂਬਰ ਯੂ ਵਾਂਟ ਪਲੇ ਗੋ ਇਨਸਾਈਡ ਨੋ ਦਿਸ ਇਜ਼ ਨੋਟ ਡੋਰ ਗੋ ਫਰੋਮ ਦੈਟ ਸਾਈਡ ਯਾ Wow! Be careful, okay? Okay, go, 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 go. Grandma, follow you. Go, go, go. Very good. Go, go. Quickly. ਬਸ ਇੱਦਾਂ ਇੱਦਾਂ ਰਸਤੇ ਜੇ ਬਣਾਏ ਨੇ ਉਹ ਜਿੱਦਾਂ ਪੰਜਾਬੀ 'ਚ ਕਹਿੰਦੇ ਆ ਭੁੱਲ ਭੁਲਈਆ ਜਿਹਾ ਠੰਡ ਹੋ ਗਈ ਆ ਅਤੇ ਮਾਈਨਸ 'ਚ ਤਾਂ ਨਹੀਂ ਗਿਆ ਹਜੇ ਲੋਕੇਸ਼ਨ ਬਹੁਤ ਸੋਹਣੀ ਆ ਪਰ ਠੰਡ ਵੀ ਬਹੁਤ ਹੋ ਗਿਆ ਵਿਨੀਪੈਗ 'ਚ ਤਾਂ ਤੁਹਾਨੂੰ ਸਪੈਸ਼ਲ ਪਤਾ ਹੀ ਆ ਵੀ ਠੰਡ ਜ਼ਿਆਦਾ ਪੈਂਦੀ ਆ ਸੋ ਥੋੜ੍ਹਾ ਜਿਹਾ ਜਿਹੜੇ ਵੀ ਵਿਨੀਪੈਗ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਸਟੱਡੀ ਵੀਜ਼ਾ ਜਾਂ ਕੋਈ ਵੀ ਵੀਜ਼ਾ ਜਿਨ੍ਹਾਂ ਦਾ
ਜਾਂ ਵਿਜ਼ਟਰ ਵੀਜ਼ਾ ਕੋਈ ਵੀ ਵੀਜ਼ਾ ਜਿਨ੍ਹਾਂ ਦਾ ਲੱਗਿਆ ਸੋ ਅਗਰ ਤੁਸੀਂ ਵਿਜ਼ਿਟ ਕਰਨਾ ਵਿਨੀਪੈਗ ਦੇ ਵਿੱਚ ਸੋ ਬੀ ਕੇਅਰਫੁਲ ਬਿਕੋਜ਼ ਨਾਵੇਡੇਜ਼ ਦੀ ਵੈਦਰ ਇਜ਼ ਟੋਟਲੀ ਚੇਂਜਡ ਸੋ ਇਹ ਚੀਜ਼ਾਂ ਦਾ ਹੁਣ ਧਿਆਨ ਰੱਖਣਾ ਤੁਸੀਂ ਬਹੁਤ ਜ਼ਿਆਦਾ ਠੰਡ ਹੋ ਗਈ ਆ ਅਤੇ ਮੋਟੇ ਕੱਪੜੇ ਲੈ ਕੇ ਆਉਣੇ ਆ ਜਿਨ੍ਹਾਂ ਨੇ ਵੀ ਪਹਿਲੀ ਵਾਰੀ ਆਉਣਾ ਵਾ ਸੋ ਮੈਂ ਪਹਿਲਾਂ ਹੀ ਅਵੇਅਰ ਕਰ ਦੇਣਾ ਤੁਹਾਨੂੰ ਆ ਇਹਨਾਂ ਨੇ ਲਿਖਿਆ ਲਵ ਐਲ ਓ ਵੀ ਈ ਐਲ ਵੀ ਜਿਹੜੀ ਪਰਾਲੀ ਦੀ ਆ ਉਹ ਟਾਇਰ ਆ ਵੀ ਵੀ ਆਲਮੋਸਟ ਮੈਨੂੰ ਉਹ ਲੱਗਦੇ ਆ ਛੱਲੀ ਨਹੀਂ ਹੁੰਦੀ ਜਿਹੜੀ ਕੋਰਨ ਉਹ ਵਾਲੇ ਟ੍ਰੀ ਜੇ ਲੱਗਦੇ ਆ ਈ ਜਿਹੜੀ ਆ ਲੱਕੜ ਜੇ ਦੀ ਆ ਸੋਹਣਾ ਬਣਾਇਆ ਮੰਮੀ ਹੋਣੀ ਪਤਾ ਨਹੀਂ ਕਿੱਧਰ ਘੁੰਮ ਗਏ ਪਲੇ ਓ ਜਸ ਕਿ ਵੇਟ ਲਿਮਟ 5 LB ਆ ਬੈਠ ਸਕਦੇ ਹਾਂ ਓਕੇ ਬੈਠੋ ਓਕੇ ਡਰਾਈਵ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪੁਸ਼ ਯਾ ਐਕਸਲੈਂਟ ਓਕੇ ਗੋ 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 ਵੈਰੀ ਗੁੱਡ ਗੋ 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 go chalo 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 very good come here quickly yeah चलो 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 पावर खत्म होगी छोड़ो पॉकेट सोके आज अंदर इनसाइड भी देख ली थी Which one? This one, okay? Let's go. Firstly, we pay. After that, you take it. Okay. Dekh lo. You want to go inside? Okay. Then you go. Go, go, go. Be careful, okay? Yeah. Very good. Amber pura enjoy kar rahi hai. Oh, la, idhar door si. Finally, matlab ਲਾਸਟ ਹੀ ਆ ਅਤੇ ਦੇਖ ਲਿਆ ਉੱਦਾਂ ਠੀਕ ਸੀ ਵਿਚਾਰਿਆਂ ਨੇ ਇੱਦਾਂ ਬੜੇ ਰੀਝਾਂ ਨਾਲ ਬਣਾਇਆ ਹੋਇਆ ਵਾ ਛੋਟਾ ਜਿਹਾ ਇੱਦਾਂ ਫਾਰਮ ਹਾਊਸ ਨਹੀਂ ਬੋਲ ਸਕਦੇ ਤਾਂ ਫਾਰਮ ਆ ਸੋ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ 31st ਨੂੰ ਹੈਲੋਵੀਨ ਆ
ਸੋ ਉਹਦੇ ਕਰਕੇ ਇਹਨਾਂ ਨੇ ਇੱਦਾਂ ਫਾਰਮ ਦੇ ਵਿੱਚ ਜਿਹੜੇ ਆ ਉਹ ਲਾਏ ਹੋਏ ਪੰਪਕਿਨ ਆ ਅਤੇ ਲੋਕ ਬਾਏ ਵੀ ਕਰ ਰਹੇ ਆ ਕਿਉਂਕਿ ਥੋੜ੍ਹਾ ਜਿਹਾ ਕਰੇਜ਼ ਇੱਥੇ ਜ਼ਿਆਦਾ ਹੈ ਹੈਲੋਵੀਨ ਦਾ ਸੋ ਬਾਏ ਕਰ ਰਹੇ ਆ ਅਤੇ ਉਸ ਤੋਂ ਬਾਅਦ ਬਾਏ ਕਰਕੇ ਇੱਥੋਂ ਲੈ ਕੇ ਜਾ ਰਹੇ ਆ ਘਰੇ ਅਤੇ ਮੈਨੂੰ ਮੇਨ ਤਾਂ ਨਹੀਂ ਪਤਾ ਕਿ ਕੀ ਕਰਦੇ ਆ ਸ਼ਾਇਦ ਜਾ ਕੇ ਬਸ ਇੱਦਾਂ ਡੈਕੋਰੇਸ਼ਨ ਲਈ ਰੱਖਦੇ ਆ ਹੈ ਨਾ ਅਤੇ ਉੱਦਾਂ ਇੰਜੋਏ ਠੀਕ ਆ ਕਿ ਹਾਂ ਬੱਚੇ ਦੀ ਥੋੜ੍ਹੀ ਜਿਹੀ ਆਊਟਿੰਗ ਹੋ ਜਾਂਦੀ ਆ ਅਤੇ ਤੁਹਾਨੂੰ ਇੱਦਾਂ ਨਿੱਕੇ ਨਿੱਕੇ ਚੀਜ਼ਾਂ ਦੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਨਾ ਅਤੇ ਕਿਉਂਕਿ ਬੱਚੇ ਘਰ ਬੋਰ ਹੋ ਜਾਂਦੇ ਆ ਸਾਡਾ ਤਾਂ ਸਪੈਸ਼ਲੀ ਹੋ ਜਾਂਦਾ ਬਾਕੀਆਂ ਦਾ ਨਹੀਂ ਪਤਾ ਸੋ ਇਹਨੂੰ ਇੱਦਾਂ ਹੁੰਦਾ ਐਂਬਰ ਨੂੰ ਵੀ ਕਿਤੇ ਨਾ ਕਿਤੇ ਜਾਣਾ ਵਾ ਚਾਹੇ ਉਹ ਬੇਸ਼ੱਕ ਅੱਧੇ ਘੰਟੇ ਦੀ ਆਊਟਿੰਗ ਹੋਵੇ ਜਾਂ ਕੁਛ ਵੀ ਹੋਵੇ ਵੀ ਹਾਂ ਬਸ ਜਾਣਾ ਇਹਨੂੰ ਪਤਾ ਵੀ ਮੈਨੂੰ ਨੀਤ ਨੇ ਲੈ ਕੇ ਜਾਣਾ ਸੋ ਇਹਨੂੰ ਵੇਟ ਰਹਿੰਦੀ ਆ ਵੀ ਮੈਂ ਨੀਤ ਨਾਲ ਜਾਊਂ ਹੈ ਨਾ ਮੈਨੂੰ ਲੈ ਕੇ ਜਾਊਗੀ ਇੱਥੇ ਮੈਨੂੰ ਦੱਸਿਓ ਤੁਹਾਨੂੰ ਬਲੌਗ ਕਿੱਦਾਂ ਦਾ ਲੱਗਿਆ ਸੋ ਜਲਦੀ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ ਸੋ ਇਹ ਬਲੌਗ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਸੋ ਮੱਚ ਲਓ ਜੀ ਇੱਕ ਹੋਰ ਚੀਜ਼ ਤੁਹਾਨੂੰ ਦਿਖਾਵਾਂ ਆਹ ਜਿਹੜਾ ਘਰ ਆ ਹੈਲੋਵੀਨ ਦੀ ਡੈਕੋਰੇਸ਼ਨ ਦੇ ਵਿੱਚ ਮਤਲਬ ਬਿਨੀਪੈਗ ਦੇ ਵਿੱਚ ਕਾਫੀ ਮਸ਼ਹੂਰ ਆ ਇਹ ਘਰ ਅਤੇ ਕਾਫੀ ਟੌਪ 'ਤੇ ਹਿੱਟ ਲਿਸਟ 'ਤੇ ਆਉਂਦਾ ਇਹ ਘਰ ਬਿਨੀਪੈਗ 'ਚ ਦੀ ਹੈਲੋਵੀਨ ਵਾਲੀ ਡੈਕੋਰੇਸ਼ਨ ਦੇ ਲਈ ਸੋ ਬਹੁਤ ਮਤਲਬ ਕਿ ਕਾਫੀ ਵਧੀਆ ਤਰੀਕੇ ਨਾਲ ਜਿਹੜਾ ਡੈਕੋਰੇਟ ਕਰਦੇ ਆ ਇਹ ਕਾਫੀ ਜ਼ਿਆਦਾ ਸਟਾਫ ਇਹਨਾਂ ਨੇ ਰੱਖਿਆ ਆਹ ਦੇਖੋ ਕਿੱਡੀ ਖਤਰਨਾਕ ਚੀਜ਼ ਭਾਵੇਂ ਬੰਦੇ ਨੂੰ ਦੌਰਾ ਹੀ ਪੈ ਜਾਵੇ